अकाल मूरत अजूनी सै पहुँ गुरप्रसाद जतो आदि सच जुगाद सच है भी सच नानक होसी भी सच चक्र चयन अर बरन जात अर पात नहन जे रूप रंग अर रेख पेख को कह ना सकत के अचल मूरत अनुभव प्रकाश अमितोज कह जय कोट इंद्र इंद्राण साहे साहान गण जय त्रिभवन महीप सुर नर असुर नेत नेत बन तृण कहत तो सर्वनाम कथ कवन कर्म नाम बरनत सुमत। तो सर्वनाम कथ कवन कर्म नाम बरनत सुमत। सतनाम श्री वाहे गुरु साहिब जीओ। भुजंग प्रयात छंद नमो देव देवं नमो खड़ग तारं सदा एक रूपं सदा निर्विकारं नमो देव देवं नमो खड़गतारं सदा एक रूपं सदा निर्विकारं नमो राज सांतकं तामसेयं नमो निर्विकारं नमो निर्जरेयं। वाहिगुरु जी का खालसा वाहिगुरु जी की फतेह। सतगुरु गुरु गरीब नवाज दल भंजन गुर सूरमा बणजोदा परमकारी मीरी पीरी दे मालक छेवें पातशाह साहिब गुरु हरगोबिंद साहिब जी दे पावन स्थाना विखे शब्द अवतार बाणी के मोहित दसम पातशाहियां दी जोत श्री गुरु ग्रंथ साहिब महाराज जी की पावन हजूरी हाजरी भर रही गुरु खालसा सतसंग जी। गुरु महाराज जी की अपार कृपा सदका आप जी ने तो प्रति गुरबाणी के कीर्तन उपरंत सतगुरु पातशाह जी के पावन दसम पातशाह जी की बाणी की लड़ीवार कथा विचार श्रवण करते हो। महाराज श्री कलगीधर पिता गुरु गोबिंद सिंह जी अकाल पुरख जी के सरूप की महिमा कर रहे हैं। आओ प्रेम नाल बाणी का आनंद माणिए जी मन विरतियां एकाग्र करो हाजिर लवाइए जी। सतनाम वाहेगुरु साहिब जी सतनाम वाहेगुरु साहिब जीओ। भुजंग प्रयात छंद नमो देव देवं नमो खड़ग तारं नमस्कार है पार ब्रह्म देव स्वरूप नूं जो देवान देव है अते खड़गधारी तलवार दे रूप नूं धारण करन वाला जो शस्त्रधारी स्वरूप है परमेश्वर पार ब्रह्म देव स्वरूप नूं सदा ही नमस्कार है। सदा एक रूपं सदा निर्विकारं जो सदा ही एक स्वरूप होण वाला है आप केवल एक रूप है ते निर्विकार स्वरूप परमेश्वर है कोई विकार जिस दे विच नहीं आउंदा। दुध तो दही बनना यह विकार है बदलाव आ गया अपने स्वरूप नूं छड़ चुका है। दही का विकार मक्खन बन जाता है घ्यो बन जाता है। इस तरह
ਪਰਬ੍ਰਹਮ ਪਰਮੇਸ਼ੁਰ ਨਿਰਵਿਕਾਰ ਹੈ, ਉਹ ਕਿਸੇ ਬਦਲਾਅ ਵਾਲਾ ਨਹੀਂ ਹੈ, ਉਹਦੇ ਤੋਂ ਕੁਛ ਵੱਖਰਾ ਨਹੀਂ ਬਣਿਆ। ਜਿਵੇਂ ਸੋਨੇ ਤੋਂ ਸੋਨੇ ਦੇ ਗਹਿਣੇ ਸੋਨੇ ਦੇ ਵਿੱਚ ਹੀ ਹੁੰਦੇ ਨੇ, ਕੋਈ ਵੱਖਰੇ ਨਹੀਂ ਬਣਦੇ। ਇੱਦਾਂ ਪਰਮੇਸ਼ੁਰ ਤੋਂ ਜੋ ਕੁਛ ਵੀ ਦਿਸਦਾ ਹੈ ਉਹਦੇ ਵਿੱਚ ਹੀ ਹੈ, ਬਾਹਰੋਂ ਕੁਛ ਵੀ ਨਹੀਂ ਬਣਿਆ। ਸਦਾ ਨਿਰਵਿਕਾਰ ਰੂਪ ਹੈ ਪਰਮਾਤਮਾ, ਕਿਸੇ ਵਿਕਾਰਾਂ ਵਾਲਾ ਨਹੀਂ ਹੈ, ਸਦਾ ਨਿਰਵਿਕਾਰ। ਮਾਇਆ ਦਾ ਵਿਕਾਰ ਉਸਦੇ ਵਿੱਚ ਵਿਰਾਜਮਾਨ ਨਹੀਂ ਹੈ। ਨਮੋ ਰਾਜਸਮ ਸਾਂਤਕੰ ਤਾਮਸੇਯੰ, ਨਮਸਕਾਰ ਹੈ ਪਰਮੇਸ਼ੁਰ ਦੇ ਰਜੋਤਮ ਸਤਵ ਰੂਪ ਨੂੰ। ਰਜੋਗੁਣ ਵੀ ਪਰਮੇਸ਼ੁਰ ਆਪ ਹੈ। ਜਿੱਥੇ ਜਿੱਥੇ ਅਹੰਕਾਰਤਾ, ਕਠੋਰਪੁਣਾ, ਰਾਜਨੀਤਿਕ ਦ੍ਰਿਸ਼ਟੀ, ਬਾਹਰੀ ਮਾਇਆਵੀ ਦ੍ਰਿਸ਼ਟੀ ਨੂੰ ਦੇਖਣ ਵਾਲਾ ਜੋ ਮਨੁੱਖ ਹੈ, ਉਹ ਮਨੁੱਖ ਦੀ ਰਾਜਸੀ ਪ੍ਰਵਿਰਤੀ ਹੈ। ਇਹ ਕਠੋਰ ਬਿਰਤੀ ਹੁੰਦੀ ਹੈ, ਸਿਰਫ ਆਪਣਾ ਲਾਲਚ ਵੇਖਦੀ ਹੈ ਅਤੇ ਬਾਹਰੀ ਤੌਰ ਦੇ ਉੱਤੇ ਬੜਾ ਮਿੱਠਾ ਵੀ ਬਣਦੀ ਹੈ ਪ੍ਰਵਿਰਤੀ ਲੋਕਾਂ ਨੂੰ, ਸਮਾਜ ਨੂੰ। ਰਾਜਨੀਤਿਕ ਦ੍ਰਿਸ਼ਟੀ ਨੇ ਦੁਨੀਆਂ ਨੂੰ ਜੋੜਿਆ ਹੋਇਆ, ਜਿਹਨੂੰ ਆਪਾਂ ਲੋਕਾਚਾਰੀ ਦਾ ਹਿੱਸਾ ਵੀ ਕਹਿੰਦੇ। ਨਾ ਚਾਹੁੰਦਿਆਂ ਹੋਇਆਂ ਵੀ ਦੁਨੀਆ ਉਹਨਾਂ ਨੂੰ ਨਮਸਕਾਰ ਕਰ ਦਿੰਦੀ ਹੈ ਜੋ ਰਾਜਨੀਤਿਕ ਦ੍ਰਿਸ਼ਟੀ ਦੇ ਵਿੱਚ ਨਹੀਂ ਸੀ ਕਰਨਾ। ਇਹ ਰਾਜਨੀਤਿਕ ਦ੍ਰਿਸ਼ਟੀ ਹੁੰਦੀ ਹੈ ਸੰਸਾਰ ਦੀ, ਰਾਜਸੀ ਪ੍ਰਵਿਰਤੀ। ਸਤੋਗੁਣ ਪ੍ਰਵਿਰਤੀ ਹੁੰਦੀ ਹੈ ਸ਼ਾਂਤੀ ਦਾ ਸਰੂਪ, ਤਮੋਗੁਣ ਪ੍ਰਵਿਰਤੀ ਹੁੰਦੀ ਹੈ ਡਰ ਭੈ ਫਿਕਰ। ਰਜੋਗੁਣ ਵਾਲੇ ਛੇਤੀ ਕਿਤੇ ਤਮੋਗੁਣੀ ਵੀ ਨਹੀਂ ਹੁੰਦੇ, ਉਹ ਡਰਦੇ ਨਹੀਂ, ਭੈ ਨਹੀਂ ਕਰਦੇ। ਸਤੋਗੁਣ ਵਾਲੇ ਰਜੋ ਤੋਂ ਵੀ ਬਚੇ ਹੁੰਦੇ ਨੇ, ਸ਼ਾਂਤੀ ਰੂਪ ਹੁੰਦੀ ਹੈ। ਇਸ ਕਰਕੇ ਤਿੰਨ ਰੂਪ ਜਿਹੜੇ ਨੇ ਇਹ ਪਰਮੇਸ਼ੁਰ ਦੇ ਆਪਣੇ ਹੀ ਬਣਾਏ ਹੋਏ ਨੇ, ਰਜੋਗੁਣ ਵੀ, ਸਤੋਗੁਣ ਵੀ, ਤਮੋਗੁਣ ਵੀ। ਉਸ ਰੂਪ ਨੂੰ ਨਮਸਕਾਰ ਹੈ ਜਿਹੜਾ ਪਰਮੇਸ਼ੁਰ ਆਪੇ ਹੀ ਰਜੋਗੁਣ ਬਣਿਆ ਹੋਇਆ ਹੈ, ਆਪੇ ਹੀ ਤਮੋਗੁਣ ਦਾ ਸਰੂਪ ਧਾਰਨ ਕੀਤਾ ਹੈ, ਆਪੇ ਹੀ ਸਤੋਗੁਣ ਹੈ। ਐਸੇ ਵਾਹਿਗੁਰੂ ਜੀ ਦੇ ਸਰੂਪ ਨੂੰ ਸਦਾ ਹੀ ਨਮਸਕਾਰ ਹੈ। ਸਦਾ ਨਿਰਵਿਕਾਰਮ ਨਮੋ ਨਿਰਜੁਰੇਯਮ, ਨਮੋ ਨਿਰਵਿਕਾਰਮ, ਮਹਾਰਾਜ ਕਹਿੰਦੇ ਨਮਸਕਾਰ ਉਸ ਨਿਰਵਿਕਾਰ ਸਰੂਪ ਨੂੰ ਅਤੇ ਨਮਸਕਾਰ ਉਸ ਨਿਰਜੁਰ ਜਿਹਨੂੰ ਕੋਈ ਤਾਪ ਰੋਗ ਨਹੀਂ ਹੈ, ਕੋਈ ਜੁਰ ਰੋਗ ਦੁੱਖ ਨਾ ਹੋਵੇ, ਉਹ ਨਿਰਜੁਰ ਸਰੂਪ। ਜੁਰ ਨਾਮ ਹੀ ਤਾਪ ਦਾ ਹੈ, ਰੋਗ ਦਾ ਹੈ। ਪਰਮੇਸ਼ੁਰ ਸਾਰੇ ਜੁਰ ਤਾਪਾਂ ਤੋਂ ਪਰੇ ਹੈ, ਸ੍ਰਿਸ਼ਟੀ ਦੇ ਵਿੱਚ ਵਿਆਪਕ ਕਰਤਾ ਪੁਰਖ, ਨਿਰਵਿਕਾਰ ਹੋ ਕੇ ਵਿਕਾਰਾਂ ਤੋਂ ਰਹਿਤ ਅਤੇ ਰੋਗਾਂ ਤੋਂ ਰਹਿਤ ਹੈ। ਰਸਾਵਲ ਛੰਦ ਨਵੋ ਬਾਣ ਪਾਣ, ਦਸਵੇਂ ਪਾਤਸ਼ਾਹ ਫਰਮਾਨ ਕਰਦੇ ਨਮਸਕਾਰ ਹੈ ਜੋ ਤੀਰ ਕਮਾਨ ਨੂੰ ਧਾਰਨ ਕਰਨ ਵਾਲਾ ਹੈ। ਕਾਲ ਦਾ ਰੂਪ ਪਰਮੇਸ਼ੁਰ ਸ਼ਸਤਰਾਂ ਵਾਲਾ, ਨਮਸਕਾਰ ਹੈ ਉਸ ਕਾਲ ਵਾਲੇ ਰੂਪ ਨੂੰ ਜੋ ਤੀਰ ਕਮਾਨ ਧਾਰ ਕਰਕੇ ਯੋਧਿਆਂ ਦੇ ਸਰੀਰਾਂ ਵਿੱਚ ਮਾਰ ਰਿਹਾ ਹੈ। ਨਵੋ ਬਾਣ ਪਾਣ ਨਵੋ ਨਿਰਭਿਆਨਮ, ਨਮਸਕਾਰ ਹੈ ਜੋ ਭਿਆਨਕ ਰੂਪ ਨਹੀਂ ਹੈ, ਨਿਰਭਿਆਨ, ਜਿਹਦੇ ਵਿੱਚ ਡਰਾਉਣਾ ਰੂਪ ਨਾ ਹੋਵੇ, ਨਿਰਭਿਆਨ ਰੂਪ। ਯਾਨੀ ਡਰਾਉਂਦਿਆਂ ਹੋਇਆਂ ਵੀ ਮਹਾਰਾਜ ਨੇ ਡਰਾਉਣ ਵਾਲਾ ਰੂਪ ਵੀ ਆਖਿਆ ਭੈਦਾਇਕ, ਪਰ ਜੋ ਆਪ ਕਿਸੇ ਤੋਂ ਭੈ ਨਹੀਂ ਕਰਦਾ, ਐਸਾ ਉਸ ਰੂਪ ਪਰਮੇਸ਼ੁਰ ਦਾ, ਸਾਰਿਆਂ ਨਾਲ ਪ੍ਰੇਮ ਕਰਨ ਵਾਲਾ, ਅਤੇ ਸਾਰੀ ਸ੍ਰਿਸ਼ਟੀ ਉਸ ਤੋਂ ਭੈ ਕਰਦੀ ਹੈ, ਡਰਦੀ ਹੈ। ਆਪ ਉਹ ਨਿਰਭਿਆਨ ਹੈ, ਕਿਸੇ ਡਰ ਭੈ ਵਾਲਾ ਨਹੀਂ ਹੈ। ਨਮੋ ਦੇਵ ਦੇਵੰ, ਨਮਸਕਾਰ ਹੈ ਦੇਵਾਨ ਦੇਵ ਰੂਪ ਪਰਮੇਸ਼ੁਰ ਨੂੰ ਜੋ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ ਦੇ ਰਿਹਾ ਹੈ, ਸਭ ਜੀਵਾਂ ਦੇ ਅੰਦਰ ਜਿਹਦੀ ਸੱਤਾ ਜਿਹਦੇ ਆਧਾਰ 'ਤੇ ਅੰਨ ਪੱਕਦਾ ਹੈ,
ਜਿਹਦੀ ਸ਼ਕਤੀ ਦੇ ਨਾਲ ਪਾਣੀ ਚੱਲ ਰਿਹਾ ਹੈ, ਜਿਹਦੀ ਸ਼ਕਤੀ ਨਾਲ ਅਗਨੀ ਜਿਹੜੀ ਹੈ ਉੱਪਰ ਨੂੰ ਉੱਠਦੀ ਹੈ, ਜਿਹਦੀ ਸ਼ਕਤੀ ਦੇ ਨਾਲ ਸਾਰੀ ਸ੍ਰਿਸ਼ਟੀ ਹਵਾ ਦੇ ਵਿੱਚ ਗਾਉਣ ਕਰ ਰਹੀ ਹੈ, ਜਿਸ ਦੀ ਸ਼ਕਤੀ ਸਾਰੇ ਸੰਸਾਰ ਦੇ ਬ੍ਰਹਿਮੰਡ ਦਾ ਆਸਰਾ ਬਣ ਕੇ ਸ਼ਬਦ ਰੂਪ 'ਚ ਵਿਆਪਕ ਹੈ। ਨਮਸਕਾਰ ਹੈ ਇਸੇ ਦੇਵਾਨ ਦੇਵ ਰੂਪ ਪਰਮੇਸ਼ਰ ਨੂੰ। ਭਵਾਨੰ ਭਵੇਹੰ, ਅੱਗੇ ਵੀ ਹੋਵੇਗਾ ਅਤੇ ਅੱਜ ਵੀ ਜੋ ਹੈ, ਜਿਹਦੀ ਹੋਂਦ ਸਦਾ ਰਹਿਣ ਵਾਲੀ ਹੈ। ਭੁਜੰਗ ਪ੍ਰਿਆਦ ਛੰਦ, ਨਮੋ ਖਗ ਖੰਡੰ ਕਿਰਪਾਣੰ ਕਟਾਰੰ। ਨਮਸਕਾਰ ਹੈ ਪਰਮੇਸ਼ਰ ਦੇ ਉਸ ਰੂਪ ਨੂੰ ਜੋ ਖਗ ਖੰਡ ਆਦਿਕ ਨੂੰ ਪ੍ਰਗਟ ਕਰਦੀ ਹੈ ਸ਼ਕਤੀ। ਖਗ ਖੰਡ ਉਹ ਆਪ ਹੀ ਹੈ, ਕਿਰਪਾਣ ਵੀ ਆਪੇ ਹੈ, ਕਟਾਰ ਵੀ ਆਪੇ ਹੈ। ਕਿਰਪਾਣੰ ਕਟਾਰੰ, ਕਿਰਪਾਨ ਅਤੇ ਕਟਾਰ ਦਾ ਰੂਪ ਜੋ ਧਾਰਨ ਕਰਕੇ ਪਰਮੇਸ਼ਰ ਜੰਗ ਦੇ ਯੁੱਧ ਵਿੱਚ ਯੋਧਿਆਂ ਦੇ ਹੱਥ ਵਿੱਚ ਸ਼ੋਭਦਾ ਹੈ, ਉਹ ਕਿਰਪਾਨ ਅਤੇ ਕਟਾਰ ਆਪ ਹੀ ਪਰਮੇਸ਼ਰ ਬਣਿਆ ਹੋਇਆ ਹੈ। ਸਦਾ ਏਕ ਰੂਪੰ, ਸਦਾ ਨਿਰਵਿਕਾਰੰ, ਸਦਾ ਹੀ ਇੱਕ ਸਰੂਪ ਪਰਮੇਸ਼ਰ ਨਿਰਵਿਕਾਰ ਰੂਪ ਹੈ ਅਤੇ ਸਦਾ ਹੀ ਜੀਵਾਂ ਦਿਓ ਇੱਕ ਰੂਪ ਹੋ ਕਰਕੇ ਪ੍ਰਤਪਾਲਣਾ ਕਰਦਾ ਹੈ। ਨਵੋ ਬਾਣ ਪਾਣ, ਨਵੋ ਦੰਡ ਧਾਰਿਆ। ਨਮਸਕਾਰ ਹੈ ਉਸ ਕਰਤੇ ਨੂੰ ਜਿਹਨੇ ਤੀਰ ਕਮਾਣ ਆਦਿਕ ਧਾਰਨ ਕੀਤੇ ਹੋਏ ਨੇ, ਦੰਡ ਧਾਰਨ ਕੀਤਾ ਹੋਇਆ ਹੈ, ਜਿਹਦੇ ਹੱਥ ਵਿੱਚ ਸੋਟਾ ਸ਼ੋਭਦਾ ਹੈ। ਸਾਰੀ ਸ੍ਰਿਸ਼ਟੀ ਨੂੰ ਸਾਂਭਣ ਵਾਲਾ ਕਰਤਾ ਇੱਕੋ ਹੀ ਹੈ, ਜੋ ਜੀਵਾਂ ਦੀ ਪ੍ਰਤਪਾਲਣਾ ਕਰਦਾ ਅਤੇ ਦੰਡਧਾਰੀ ਵੀ ਹੈ। ਤੀਰ ਕਮਾਨ ਧਾਰਨ ਕੀਤਾ ਹੋਇਆ, ਜਿਹਨੇ ਚੌਦਹੋਂ ਲੋਕ ਜੋਤਾਂ ਬਿਥਾਰਿਆ, ਜਿਹਨੇ ਆਪਣੀ ਸ਼ਕਤੀ ਆਪਣੀ ਜੋਤ ਨਾਲ ਚੌਦਾਂ ਲੋਕਾਂ ਦਾ ਵਿਸਤਾਰ ਕੀਤਾ ਹੈ। ਐਸਾ ਕਾਲ ਰੂਪ ਪਰਮੇਸ਼ੁਰ ਆਪਣੇ ਫੁਰਨੇ ਵਿੱਚੋਂ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਉਂਦਾ ਅਤੇ ਸਭ ਨੂੰ ਪੈਦਾ ਕਰਕੇ ਆਪਣੇ ਵਿੱਚ ਲੀਨ ਵੀ ਕਰਦਾ। ਚੌਦਾਂ ਲੋਕਾਂ ਵਿੱਚ ਜਿਹਦੀ ਜੋਤ ਨੇ ਵਿਸਤਾਰ ਕੀਤਾ ਹੋਇਆ, ਉਹ ਜੋਤ ਕੀੜੇ ਅੰਦਰ ਵੀ ਉਹੀ ਹੈ, ਹਾਥੀ ਅੰਦਰ ਵੀ ਉਹੀ ਹੈ। ਸਦਾ ਇੱਕ ਰੂਪੰ, ਸਦਾ ਇੱਕ ਰੂਪ ਜੋ ਹੈ, ਚੌਦਾਂ ਲੋਕਾਂ ਵਿੱਚ ਜਿਹਦੀ ਜੋਤ ਦਾ ਵਿਸਥਾਰ ਹੈ। ਨਮਸਕਾਰਯੰਗ ਮੂਰਤੀ ਰੰਗ ਤੁਫੰਗੰ, ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਐਸੇ ਸਰੂਪ ਜੋ ਕਲਯੁੱਗ ਦੇ ਵਿੱਚ ਕਲੀ ਕਾਲ ਦੇ ਸਮੇਂ ਦੇ ਵਿੱਚ ਵੀ ਜੀਵ ਦਾ ਸੰਗੀ ਹੈ, ਉਹ ਸ਼ਸਤਰ ਹਨ। ਮੇਰੀ ਉਸ ਸ਼ਸਤਰਾਂ ਨੂੰ, ਤੀਰਾਂ ਨੂੰ ਅਤੇ ਬੰਦੂਕਾਂ ਨੂੰ ਨਮਸਕਾਰ ਹੈ, ਜੋ ਜੀਵ ਦੀ ਕਲਯੁੱਗ ਦੇ ਵਿੱਚ ਸਹਾਇਤਾ ਕਰਦੇ ਹਨ। ਨਮੋ ਖਗ ਅਦਗੰ ਅਭੇਅੰ ਅਭੰਗੰ, ਨਮਸਕਾਰ ਹੈ ਖਗ ਨੂੰ, ਸ਼ਸਤਰ ਨੂੰ, ਤਲਵਾਰ ਨੂੰ, ਤੇਗੇ ਨੂੰ, ਜੋ ਅਦਗ ਰੂਪ ਹੈ। ਅਦਗੰ ਜੋ ਮਾਇਆ ਦੇ ਦਾਗ ਤੋਂ ਪਰੇ ਹੈ, ਅਭੰਗੰ ਅਭੇਅੰ, ਅਭੇਅ ਨਾਮ ਕਹੀਏ ਜੋ ਕਿਸੇ ਤੋਂ ਡਰੇ ਨਾ, ਭੈ ਨਾ ਕਰੇ, ਅਤੇ ਜੋ ਭੰਗ ਨਾ ਹੋਵੇ, ਨਾਸ ਨਾ ਹੋਵੇ, ਅਵਿਨਾਸ਼ੀ ਰੂਪ, ਉਹ ਪਾਰਬ੍ਰਹਮ ਪਰਮੇਸ਼ੁਰ ਵਾਹਿਗੁਰੂ ਜੋ ਅਵਿਨਾਸ਼ੀ ਤੱਤਵ ਹੈ, ਅਭੰਗ ਰੂਪ ਹੈ, ਅਭੇਅ ਉਹ ਡਰ ਤੋਂ ਵੀ ਰਹਿਤ ਹੈ, ਉਸੇ ਸਰੂਪ ਨੂੰ ਨਮਸਕਾਰ ਹੈ। ਖਗ ਅਦਗੰ ਮਾਇਆ ਦੇ ਦਾਗਾਂ ਤੋਂ ਰਹਿਤ ਐਸੇ ਖੰਡੇ ਨੂੰ, ਖਗ ਨੂੰ ਸਦਾ ਹੀ ਨਮਸਕਾਰ ਹੈ। ਗਦਾਯੰ ਗ੍ਰਿਸ਼ਟੰ ਨਮੋ ਸੈਥੀ, ਗਦਾ ਵੀ ਪਰਮੇਸ਼ੁਰ ਦਾ ਬੜਾ ਬਲੀ ਹੈ, ਸੈਥੀ ਵੀ ਕਰਤੇ ਦੀ ਸ਼ੋਭਦੀ ਹੈ। ਗਦਾਯੰ ਗ੍ਰਿਸ਼ਟੰ ਅਨੇਕਾਂ ਹੀ ਗਦੇ, ਅਨੇਕਾਂ ਹੀ ਸ਼ਸਤਰ, ਸੈਥੀਆਂ, ਤੋਪ, ਪੱਟੇ ਜਿਹਦੇ ਹੱਥ ਵਿੱਚ ਸ਼ੋਭ ਰਹੇ ਹਨ, ਉਹ ਕਾਲ ਰੂਪ ਪਰਮੇਸ਼ੁਰ ਸਾਰਿਆਂ ਦੇ ਅੰਦਰ ਵਿਦਮਾਨ ਹੈ। ਅਨੰਤ ਰੂਪਾਂ ਦੇ ਵਿੱਚ ਜਿਹਦੀ ਸੱਤਾ ਵਿਆਪਕ ਹੈ, ਉਹ ਕਾਲ ਰੂਪ ਪਰਮੇਸ਼ੁਰ ਸਾਰਿਆਂ ਦੇ ਅੰਦਰ ਉਸੇ ਦੇ ਰੂਪ ਨੂੰ ਬਾਰੇ ਕਹਿੰਦੇ ਜੋ ਸੈਥੀ ਅਤੇ
ਗਦਾ ਆਦਿਕ ਸ਼ਸਤਰਾਂ ਨੂੰ ਧਾਰਨ ਕਰਨ ਵਾਲਾ ਹੈ, ਉਹਨੂੰ ਨਮਸਕਾਰ ਹੈ। ਜਿਹਨੇ ਤੁਲੀਅੰਗ ਵੀਰ ਬੀਜੋ ਨਾ ਬੀਜੰਗ, ਜਿਹਦੇ ਤੁਲ ਜਿਹਦੇ ਬਰਾਬਰ ਕੋਈ ਵੀ ਬਹਾਦਰ ਸੂਰਮਾ ਅੱਜ ਤੱਕ ਹੋਇਆ ਨਹੀਂ। ਕਾਲ ਆਪ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਵੱਡਾ ਯੋਧਾ। ਦਸਮ ਪਾਤਸ਼ਾਹ ਬਾਣੀ 'ਚ ਫਰਮਾਨ ਕੀਤਾ, ਕਾਲ ਆਪਣੋ ਨਾਮ ਛੁਪਾਈ ਅਵਰਨ ਕੈ ਸਿਰ ਦੈ ਬੁਰਿਆਈ। ਆਪਣਾ ਨਾਮ ਛੁਪਾ ਜਾਂਦਾ, ਦੂਜਿਆਂ ਦੇ ਸਿਰ ਵੰਡ ਦਿੰਦਾ ਹੈ। ਜਦੋਂ ਵੀ ਕੋਈ ਕਰਮ ਹੁੰਦਾ, ਇੱਦਾਂ ਲੱਗਦਾ ਕਿ ਉਸ ਵਿਅਕਤੀ ਨੇ ਕੀਤਾ ਹੈ, ਪਰ ਕਰਦਾ ਕਾਲ ਪੁਰਖ ਹੈ। ਕਾਲ ਆਪ ਨੂੰ ਨਾਮ ਛੁਪਾਈ ਅਵਰਨ ਕੈ ਸਿਰ ਦੈ ਬੁਰਿਆਈ, ਕਰਦਾ ਕਾਲ ਹੈ ਆਪੇ ਹੀ। ਜਿਹਦੇ ਸਮਾਨ ਜਿਹਨੇ ਤੁੰਡੀਆਂ ਜਿਹਦੇ ਤੁਲ ਕੋਈ ਬਹਾਦਰ ਵੀਰ ਯੋਧਾ ਨਹੀਂ ਹੈ, ਬੀਓ ਨਾਮ ਦੂਸਰਾ, ਜਿਹਦੇ ਸਮਾਨ ਕੋਈ ਦੂਜਾ ਬਹਾਦਰ ਯੋਧਾ ਨਹੀਂ ਜੰਮਿਆ। ਰਸਾਵਲ ਛੰਦ ਨਮੋ ਚੱਕਰ ਪਾਣ, ਕਲਗੀਧਰ ਪਾਤਸ਼ਾਹ ਜੰਗ ਯੁੱਧਮਈ ਬਾਣੀ ਦੀ ਇਹ ਪਾਵਨ ਬਚਨ ਉਚਾਰਦੇ ਨੇ। ਨਮਸਕਾਰ ਹੈ ਕਿਸ ਰੂਪ ਨੂੰ? ਚੱਕਰ ਪਾਣ, ਜੋ ਚੱਕਰ ਪਾਣ ਪਰਮੇਸ਼ਰ ਹੈ, ਜੋ ਚੱਕਰ ਧਾਰਨ ਕਰਨ ਵਾਲਾ ਹੈ। ਨਮੋ ਚੱਕਰ ਪਾਣ ਅਭੂਤਮ ਪਿਆਹਣਮ, ਅਭੂਤ ਕਹੀਏ ਜਿਹਦੇ ਨਾਲ ਦਾ ਨਾ ਪਹਿਲਾਂ ਕਦੇ ਹੋਇਆ ਨਾ ਅੱਗੇ ਹੋਣਾ, ਐਸਾ ਅਭੂਤਮ ਜਿਹਦੇ ਨਾਲ ਦਾ ਕਦੇ ਕੋਈ ਨਾ ਹੋਵੇ। ਭਿਆਣਮ ਪੈ ਦੇਣ ਵਾਲਾ ਹੈ। ਨਮੋ ਉਗਰਦਾੜੰ, ਨਮਸਕਾਰ ਹੈ ਜੋ ਉਗਰਦੰਤੀ ਹੈ ਪਰਮੇਸ਼ਰ, ਬਟ ਜਿਹਦੀਆਂ ਬੜੀਆਂ ਭਿਆਨਕ ਕਾਲੀਆਂ ਘਟਾਵਾਂ ਘਟਾ ਦੇ ਸਮਾਨ ਉਮੜ ਕੇ ਆਉਂਦੀਆਂ, ਨਮਸਕਾਰ ਹੈ। ਉਗਰਦਾੜ ਭਿਆਨਕ ਰੂਪ ਦੇ ਸਮਾਨ ਉਹਦੀਆਂ ਦਾੜਾਂ। ਮਹਾਗ੍ਰਿਸ਼ਟ ਗਾੜੰ, ਐਸੀਆਂ ਗੰਭੀਰ ਭਿਆਨਕ ਹਨ, ਪੈ ਦੇਣ ਵਾਲੀਆਂ ਨੇ। ਮਹਾਨ ਡੂੰਘਾ ਬਲ ਵਾਲ ਰੱਖਦੀ ਹੈ ਉਸਦੀਆਂ ਦਾੜਾਂ। ਨਮੋ ਤੀਰ ਤੋਪੰ, ਨਮਸਕਾਰ ਹੈ ਤੀਰਾਂ ਨੂੰ ਅਤੇ ਤੋਪਾਂ ਨੂੰ। ਜਿਹਨਾਂ ਸ਼ਸਤਰ ਕੋਪੰ, ਜਿਹਨਾਂ ਸ਼ਸਤਰਾਂ ਨੇ ਵੈਰੀਆਂ ਨੂੰ ਸ਼ਤਰੂਆਂ ਨੂੰ ਮਾਰਿਆ ਹੈ। ਨਮੋ ਧੋਪ ਪੱਟੰ, ਨਮਸਕਾਰ ਹੈ ਧੋਪ ਨੂੰ ਅਤੇ ਪਟੇ ਨੂੰ ਚਲਾਉਣ ਵਾਲਿਆਂ ਨੂੰ, ਜਿਹੜੇ ਉਸ ਸ਼ਸਤਰਾਂ ਨੂੰ ਚਲਾਉਂਦੇ ਹਨ, ਜਾਂ ਜਿਹੜੇ ਸ਼ਸਤਰ ਰੂਪ ਹੋ ਕੇ ਬੈਠੇ ਨੇ, ਉਹ ਵੀ ਪਰਮੇਸ਼ਰ ਦਾ ਹੀ ਸਰੂਪ ਹੈ। ਨਮੋ ਧੋਪ ਪੱਟੰ, ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਨਮਸਕਾਰ ਹੈ ਧੋਪ, ਕਿਰਚਾਂ ਨੂੰ, ਪੱਟੇ ਜਿਹੜੇ ਵੱਡੀਆਂ ਕਿਰਚਾਂ ਹਨ, ਇਹ ਵੀ ਧੋਪ ਅਤੇ ਪੱਟੇ ਪਰਮੇਸ਼ਰ ਦੇ ਬਣਾਏ ਹੋਏ ਸ਼ਸਤਰ ਹਨ। ਜਿਹਨਾਂ ਦੁਸ਼ਟ ਦੱਟੰ, ਜਿਹਨਾਂ ਨੇ ਦੁਸ਼ਟਾਂ ਨੂੰ ਦੋਖੀਆਂ ਨੂੰ ਮਾਰਿਆ ਹੈ, ਉਹਨਾਂ ਨੂੰ ਨਮਸਕਾਰ ਹੈ। ਜਿੱਤੇ ਸ਼ਸਤਰ ਨਾਮੰ, ਜਿੰਨੇ ਸ਼ਸਤਰਾਂ ਦੇ ਨਾਮ ਹਨ, ਇਹ ਬਾਣੀ ਮਹਾਰਾਜ ਕਲਗੀਧਰ ਪਾਤਸ਼ਾਹ ਸ਼ਸਤਰਾਂ ਦੇ ਸਰੂਪ ਨੂੰ ਨਮਸਕਾਰ ਤਾਮੰ, ਕਲਗੀਧਰ ਪਾਤਸ਼ਾਹ ਕਹਿੰਦੇ ਨਮਸਕਾਰ ਹੈ ਸਾਰਿਆਂ ਨੂੰ। ਇਹ ਬਾਣੀ ਖਾਲਸਾ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਸ਼ਸਤਰਾਂ ਨੂੰ ਨਮਸਕਾਰ ਕਰਦੀ ਹੈ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੇ ਜੰਗ ਯੁੱਧ ਵਾਲੇ ਸਮੇਂ ਵਿੱਚ ਅਵਤਾਰ ਧਾਰਿਆ ਅਤੇ ਸ੍ਰਿਸ਼ਟੀ ਦੇ ਵਿੱਚ ਮੂਲ ਕਾਰਨ ਹੀ ਤੇਗ ਨੂੰ ਦੱਸਿਆ। ਚਾਰੇ ਯੁੱਗ ਕਹਾਣੀ ਚੱਲਕ ਤੇਗ ਦੀ, ਅਤੇ ਚਾਰ ਯੁੱਗਾਂ ਦੇ ਵਿੱਚ ਤੇਗ ਦੀ ਕਹਾਣੀ ਸਦਾ ਚੱਲਦੀ ਰਹਿੰਦੀ ਹੈ। ਸੋ ਸ੍ਰੀ ਭਗਵਤੀ ਦਾ ਸਰੂਪ, ਕਾਲ ਦਾ ਰੂਪ, ਜਿੱਤੇ ਸ਼ਸਤਰ ਨਾਮ, ਜਿੰਨੇ ਵੀ ਸ਼ਸਤਰਾਂ ਦੇ ਨਾਮ ਹਨ, ਹੁਣ ਛੋਟੇ ਸ਼ਸਤਰ ਵੀ ਕਈ ਪ੍ਰਕਾਰ ਦੇ ਹਨ, ਕੰਜਰ, ਪੇਸ਼ ਕਬਦ, ਜੰਬੂਆ, ਇਸੇ ਤਰ੍ਹਾਂ ਸੰਗਤ ਜੀ ਬਾਗ ਨਖਾਤ, ਸਾਰੇ ਛੋਟੇ ਤੋਂ ਛੋਟੇ, ਵੱਡੇ ਤੋਂ ਵੱਡੇ ਤਲਵਾਰਾਂ, ਗੋਲੀਏ, ਕਟਾਰਾਂ, ਸਭ ਪ੍ਰਕਾਰ ਦੇ ਸ਼ਸਤਰ ਮਹਾਰਾਜ ਕਲਗੀਧਰ ਪਾਤਸ਼ਾਹ ਵਾਸਤੇ ਦੂਰੋਂ ਦੂਰੋਂ ਸਿੱਖ ਬਣਾ ਕੇ ਲਿਆਉਂਦੇ ਸਨ। ਮਹਾਰਾਜ ਸਾਰੇ ਸ਼ਸਤਰਾਂ ਨੂੰ ਹੀ ਨਮਸਕਾਰ ਕੀਤੇ ਹੈ, ਜਿਹਨੇ ਸ਼ਸਤਰ ਨਾਮ
जिन्ने भी शस्त्रां दे नाम ने नमस्कार तां उन्हां सारयां नूं नमस्कार है। जिते अस्त्र भेयम जिन्ने भी अस्त्र हैं अस्त्र कहिए जो तीर आदि हुण जिहड़े तीर ने बदामची तीर मीनमुखी तीर अर्धचंद्राकार तीर ये सारे प्रकार दे तीर महाराज कहते सारयां नूं नमस्कार नमस्कार दे वो सारे ही नमस्कार दे योग्य होंदे ने शस्त्र क्योंकि शस्त्रां दे आधार ते ही बंदा राज भोगदा ते राज दे आधार ते ही धर्म चलदा धर्म दे आधार ते ही भगती हो सकती है। इसलिए सब तो जरूरी है दुनिया दे विच शस्त्र जिन्हां दी कृपा नाल सारा समाज सही चल सकदा। सवैया मेरे करो त्रिण ते मोहे जाहे गरीब ने वाज न दूसर तो सो। हे अकाल पुरख वाहिगुरु जी जे तुसी कृपा करदे हो मेरे वर्गे नूं त्रिण तों घा दे तिणके नूं समेर पर्वत दे समान कर देण वाले जिन्हों कोई ना जानदा होवे उन्हों परमेश्वर इन्ना वड्डा कर दिंदा। मेर करो तिण ते तिणके तो समेर वांगू करन वाले मोहे मैनू आप जी ऐसे गरीब नवाज हो के तुहाडे जैसा कोई दूजा नहीं है। भूल छे मोह मरी प्रभ आपन भूलन हर गहू को मोसो। हे महाराज सच्चे पातशाह साडियां भुलां नूं क्षमा करन वाले हो आप ही हो प्रभ आपन आप उहदा सुभाअ ही भुलां बख्शणियां। भूलन हर कहूं को मोसो किधरे मेरे जैसा कोई भुलण हार है। महाराज निम्रता का अंग सिखा रहे कि जिस काल पुरख जी के सामने असी जीव हाँ अपनी समर्था अपनी हंगता वो सामने की रखिए कि साढ़े जैसा और कोई भुलनहार की हो सकता। असी आप ही करते परमेश्वर नूं भुले हुए हाँ। सेव करी तुमरी तिनके सब ही ग्रह देखियत दर्भ परोसो। उन्हां जीवां दी इस संसार दे विच की दशा है। सेव करी तुमरी जिन्हां ने तुहाडी सेवा कीती महाराज तिनके सब ही ग्रह उन्हां दे सारे घर बार द्रव माया दे नाल संपत्ति दे नाल भरे हुए गिने जाते हैं। देखिए तो द्रव भरो सो द्रव पैसे नाल भरिया होया इस संसार विच उन्हां दा घर वेख्या जाता। या काल मैं सब काल कृपान के भारी बुझान को भारी भरोसो। इस कलयुग दे विच ऐसे ऐसे समय परमेश्वर विखांदा है पर सब तो बली आप वो काल कृपान है। काल कृपान के भारी बुझान को भारी बाहां वाले परमेश्वर का ही सानू भरोसा है। जिहदा भरोसा भारी है समर्था वाला किसी का डर नहीं रह जाता जदों का चिंतन करिए। सो करते परमेश्वर का बहुत वड्डा शुक्र जिन्हें सानू ये सुवास दिते जिहदी कृपा नाल बंदा नाम जप सकता है जिहदी आग्या दे नाल ही जीव सारी सृष्टि तो तर जाता है। वह परमेश्वर आप ही है उहदा ही सानू भरोसा है। सौंबन सौंब स कीटन साचर जाहे छेनेक बिखै हन डारे। जिस करते पुरख ने सौंभ न सौंभ वर्गे दैंत वड़े वड़े हंकारी करोड़ा ही एक नहीं
ਕੋਟ ਨਿਸ਼ਾਚਰ ਮਾਰੇ ਕਹਿੰਦੇ ਕਰੋੜਾਂ ਹੀ ਨਿਸ਼ਾਚਰ ਜਿਹੜੇ ਨੇ ਇਸ ਸੰਸਾਰ ਵਿੱਚ ਜਿਹੜੇ ਜੰਮੇ ਇੱਕ ਛਿਣ ਮਾਤਰ ਵਿੱਚ ਜਿਸ ਪਰਮੇਸ਼ਰ ਨੇ ਮਾਰ ਦਿੱਤੇ। ਤੂਮਰ ਲੋਚਨ ਚੰਡ ਮੁੰਡ ਸੇ ਮਾਹਕ ਸੇ ਪਲ ਵਿੱਚ ਨਿਵਾਰੇ। ਇੱਕ ਲੋਚਨ ਧੂਮ ਦੈਂਤ ਹੋਇਆ, ਇੱਕ ਚੰਡ ਨਾਮ ਦਾ ਦੈਂਤ ਹੋਇਆ, ਇੱਕ ਮੁੰਡ ਨਾਮ ਦਾ। ਚੰਡ ਰਾਕਸ਼ਸ, ਮੁੰਡ ਰਾਕਸ਼ਸ, ਲੋਚਨ ਧੂਮ। ਮਹਿਖਾ ਸੁਰ ਵਰਗੇ ਮਾਹਕ ਸੇ, ਮੱਝ ਦਾ ਝੋਟੇ ਵਰਗਾ ਜਿਹਦਾ ਸਿਰ ਹੋਵੇ। ਪਲ ਵਿੱਚ ਨਿਵਾਰੇ, ਇੱਕ ਪਲ ਮਾਤਰ ਵਿੱਚ ਕਾਲ ਨੇ ਮਾਰ ਦਿੱਤੇ। ਚਮਰ ਸੇ ਰਣ ਚਿੱਛਰ ਸੇ ਰਕ ਤਿੱਛਰ ਸੇ ਝੱਟ ਦੈ ਚਟਕਾਰੇ। ਚਮਰ ਦੈਤ ਵਰਗੇ, ਰਣ ਚਿੱਛਰ ਵਰਗੇ, ਰਕ ਤਿੱਛਰ ਜਿਹੜਾ ਸਰਾਉਣਤ ਬੀਜ ਹੋਇਆ, ਰਕਤ ਬੀਜ, ਉਹਦੇ ਵਰਗੇ ਯੋਧੇ ਪਰਮਾਤਮਾ ਨੇ ਝੱਟ ਮਾਤਰ ਵਿੱਚ ਝਕਾਰ ਕੇ ਪੱਬ ਕੇ ਥੱਲੇ ਮਾਰ। ਬੜੇ ਬੜੇ ਸੂਰਮੇ ਖਵਾਉਣ ਵਾਲੇ, ਦਾਅਵੇ ਕਰਨ ਵਾਲੇ ਕਰਤੇ ਨੇ ਮਾਰ ਦਿੱਤੇ। ਐਸੋ ਸੋ ਸਾਹਿਬ ਪਾਏ ਕਹਾਂ ਪਰਵਾਹ ਰਹੀ ਇਹ ਦਾਸ ਤਿਹਾਰੇ। ਇਹੋ ਜਿਹਾ ਸਵਾਮੀ ਪਾਰ ਬ੍ਰਹਮ ਪਰਮੇਸ਼ਰ ਉਸ ਮਾਲਕ ਨੂੰ ਪਾ ਕਰਕੇ ਕਾਹਦੀ ਪਰਵਾਹ ਰਹਿ ਜਾਣੀ ਹੈ ਮਹਾਰਾਜ ਤੁਹਾਡੇ ਦਾਸ ਨੂੰ। ਐਸੋ ਸੋ ਸਾਹਿਬ ਪਾਏ ਕਹਾਂ ਪਰਵਾਹ ਰਹੀ, ਕੀ ਪਰਵਾਹ ਰਹਿ ਜਾਣੀ ਦਾਸ ਤਿਹਾਰੇ, ਕਿਉਂਕਿ ਮੈਂ ਤੁਹਾਡਾ ਦਾਸ ਹਾਂ, ਮੈਨੂੰ ਔਰ ਦੁਨੀਆ ਦੀ ਕਾਹਦੀ ਪਰਵਾਹ ਹੈ, ਕਿਉਂਕਿ ਐਸੇ ਸਮਰੱਥ ਕੇਵਲ ਅਤੇ ਕੇਵਲ ਵਾਹਿਗੁਰੂ ਜੀ ਆਪ ਹੀ ਹਨ। ਮੁੰਡੋ ਸੇ ਮਦ ਕੀ ਟਬ ਸੇ ਮੁਰ ਸੇ ਅਗ ਸੇ ਜਿਨ ਕੋਟ ਦਲੇ ਹੈ। ਮੁੰਡ ਰਾਕਸ਼ਸ ਵਰਗੇ, ਮਦ ਕੇਟਵ ਵਰਗੇ, ਮੁਰ ਰਾਕਸ਼ਸ, ਅਘ ਵਰਗੇ, ਅਘਾਸੁਰ ਵਰਗੇ ਰਾਕਸ਼ਸ, ਜਿਸ ਕਾਲ ਨੇ ਕਰੋੜਾਂ ਹੀ ਮਾਰ ਦਿੱਤੇ। ਓਟ ਕਰੀ ਕਬ ਹੂੰ ਨਾ ਜਿਨੈ ਰਣ ਚੋਟ ਕਰੀ ਪਗ ਦੁਇ ਨਾ ਟਲੇ ਹੈ। ਜਿਨ੍ਹਾਂ ਨੇ ਓਟ ਕੀਤੀ ਕਬ ਹੂੰ ਨਾ ਜਿਨੈ, ਓਟ ਕਰੀ ਕਬ ਹੂੰ ਨਾ ਜਿਨੈ ਰਣ, ਜੰਗ ਦੇ ਮੈਦਾਨ ਵਿੱਚ ਜੋ ਓਟ ਤੋਂ ਬਿਨਾਂ ਲੜੇ, ਰਣ ਚੋਟ ਕਰੀ ਜੰਗ ਦੇ ਵਿੱਚ ਚੋਟਾਂ ਮਾਰੀਆਂ, ਆਪ ਵੀ ਖਾਧੀਆਂ, ਪਰ ਦੋ ਪੈਰ ਵੀ ਜੋ ਟਲੇ ਨਹੀਂ। ਅੱਗੇ ਅੱਗੇ ਹੋ ਕੇ ਲੜਨ ਵਾਲੇ ਜਿਹੜੇ ਸੂਰਮੇ ਆਪਣੀ ਮਮਤਾ ਨੂੰ ਛੱਡ ਕੇ ਜੰਗ ਵਿੱਚ ਜੂਝਦੇ ਹੈ, ਗਲਤਾਂ ਜੰਗੀਆਂ ਦੀ ਕਰ ਰਹੇ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੇ ਐਸੇ ਐਸੇ ਸੂਰਮੇ ਯੋਧੇ ਹੋਏ ਉਹਨਾਂ ਨੂੰ ਵੀ ਕਾਲ ਨੇ ਮਾਰ ਦਿੱਤਾ ਹੈ, ਜਿਹੜੇ ਦੋ ਪੈਰ ਵੀ ਪਿੱਛੇ ਨਹੀਂ ਸੀ ਟਲਦੇ। ਸਿੰਧ ਵਿਖੇ ਜੇ ਨਾ ਬੂਡੇ ਨਿਸਾਚਰ, ਪਾਵਕ ਬਾਣ ਬਹੇ ਨਾ ਜਲੇ ਹੈ। ਜਿਹੜੇ ਇਸ ਦੁਨੀਆਂ ਵਿੱਚ ਸਮੁੰਦਰ ਦੇ ਡੋਬਿਆਂ ਨਹੀਂ ਸੀ ਡੁੱਬਦੇ, ਸਮੁੰਦਰ ਡੁੱਬਦਾ ਸੀ ਪਰ ਉਹ ਡੁੱਬਦੇ ਨਹੀਂ ਸੀ ਜਿਹੜੇ ਰਾਕਸ਼ਸ, ਅੱਗ ਦੇ ਤੀਰ ਚੱਲਦੇ ਸੀ ਪਰ ਉਹਨਾਂ ਨਾਲ ਸੜਦੇ ਨਹੀਂ ਸੀ। ਐਸੇ ਐਸੇ ਯੋਧੇ ਜਿਨ੍ਹਾਂ ਨੂੰ ਸਮੁੰਦਰ ਨਹੀਂ ਡੋਬ ਸਕਿਆ, ਜਿਨ੍ਹਾਂ ਨੂੰ ਅੱਗ ਦੇ ਤੀਰ ਜਿਹੜੇ ਨੇ ਸਾੜ ਨਹੀਂ ਸਕੇ, ਇਹੋ ਜਿਹੇ ਯੋਧੇ ਸੰਸਾਰ 'ਚ ਤੇ ਅਸਤੋਰ ਬਿਲੋਕ ਲੋਕ ਸੋ ਲਾਜ ਕੋ ਛਾੜ ਕੇ ਭਾਜ ਚਲੇ ਹੈ। ਉਹ ਬੰਦੇ ਵੀ ਕਾਲ ਪੁਰਖ ਦੀ ਇਹੋ ਜਿਹੀ ਤੋਰ ਨੂੰ ਵੇਖ ਕੇ, ਕਾਲ ਦੀ ਮਹਿਮਾ ਜਾਣ ਕੇ, ਅਲੋਕ ਜਿਹੜਾ ਰੂਪ ਇਸ ਜਗਤ ਵਿੱਚ ਨਜ਼ਰ ਨਹੀਂ ਆਉਂਦਾ, ਅਲੋਕ ਸੋ ਛਾੜ ਕੇ ਲਾਜ ਕੋ ਛਾੜ ਕੇ, ਉਹ ਐਸੀ ਪਰਮੇਸ਼ਰ ਦੇ ਸਾਹਮਣੇ ਇਹੋ ਜਿਹਾ ਰੂਪ ਦੇਖ ਕੇ ਆਪਣੀ ਲੱਜਾ ਛੱਡ ਕੇ ਭੱਜ ਗਏ ਆ। ਜਿਹੜੇ ਕਦੇ ਸਮੁੰਦਰ ਨਹੀਂ ਸੀ ਡੁੱਬ ਸਕਦਾ, ਅੱਗ ਨਹੀਂ ਸੀ ਸਾੜ ਸਕਦੀ, ਉਹ ਵੀ ਡਰ ਕੇ ਭੱਜਦੇ ਹਨ ਕਾਲ ਦੇ ਅੱਗੇ। ਰਾਵਣ ਸੇ ਮਹਿ ਰਾਵਣ ਸੇ ਕਟ ਕਾਨੋ ਸੇ ਪਲ ਬੀਚ ਪਛਾਰੇ। ਰਾਵਣ ਵਰਗੇ, ਮਹੀ ਰਾਵਣ ਵਰਗੇ, ਕਟ ਕਾਨ ਵਰਗੇ ਪਰਮਾਤਮਾ ਨੇ ਪਲ ਬੀਚ ਕੁਝ ਸਮੇਂ ਵਿੱਚ ਛਣ ਮਾਤਰ ਵਿੱਚ ਹੀ ਮਾਰ ਦਿੱਤੇ, ਰਹਿੰਦੇ ਉਹ ਵੀ ਕੋਈ ਨਹੀਂ।
ਪਛਾੜ ਦਿੱਤੇ ਹਨ ਪਰਮੇਸ਼ਰ ਨੇ। ਬਾਰਦ ਨਾਦ ਅਕੰਪਨ ਸੇ ਜਗ ਚੰਗ ਜੁਰੇ ਜਿਨ ਸੋ ਜਮ ਹਾਰੇ। ਬਾਰਦ ਨਾਦ ਵਰਗਿਆਂ ਨੂੰ ਪਰਮੇਸ਼ਰ ਨੇ ਸਜ਼ਾ ਦਿੱਤੀ, ਅਕੰਪਨ ਵਰਗੇ ਜਿਨ੍ਹਾਂ ਨੇ ਜੰਗ ਜੁਰੇ ਜੰਗ ਕੀਤੇ ਅਤੇ ਜੰਗ ਵਿੱਚ ਖਲੋ ਕੇ ਜਿਨ੍ਹਾਂ ਨਾਲੋਂ ਜਮ ਵੀ ਹਾਰ ਜਾਂਦਾ ਸੀ, ਜਿਨ ਸਿਓ ਜਮ ਹਾਰੇ। ਦਸਮ ਪਾਤਸ਼ਾਹ ਕਹਿੰਦੇ ਐਸੇ ਐਸੇ ਯੋਧੇ ਦੁਨੀਆਂ 'ਚ ਹੋਏ ਨਾ ਜਿਹੜੇ ਜੰਗ 'ਚ ਜੰਮ ਨੂੰ ਵੀ ਜਿੱਤਣ ਵਾਲੇ ਹੋਏ। ਇੱਕ ਪ੍ਰਸੰਗ ਦਸਮ ਪਾਤਸ਼ਾਹ ਨੇ ਲਿਖਿਆ ਖੜਗ ਸਿੰਘ ਦਾ। ਖੜਗ ਸਿੰਘ ਜਿਹੜਾ ਜਰਨੈਲ ਸੀ, ਇਹ ਜਰਾਸੰਧ ਦਾ ਯੋਧਾ ਹੋਇਆ। ਜਰਾਸੰਧ ਕ੍ਰਿਸ਼ਨ ਜੀ ਦੇ ਮਾਮੇ ਕੰਸ ਦਾ ਸਹੁਰਾ ਸੀ ਅਤੇ ਜਰਾਸੰਧ ਦਾ ਜਿਹੜਾ ਜਰਨੈਲ ਸੀ ਉਹ ਪਰਮੇਸ਼ੁਰ ਵਾਹਿਗੁਰੂ ਜੀ ਨੇ ਐਸਾ ਯੋਧਾ ਖੜਗ ਸਿੰਘ ਜੰਗ ਦੇ ਮੈਦਾਨ 'ਚ ਮਾਰਿਆ। ਜਦੋਂ ਉਹਨੂੰ ਕਾਲ ਆਇਆ ਨਾ, ਉਹਦਾ ਅੰਤਕ ਜੰਮ ਜਬ ਲੈਨੇ ਆਵੇ, ਅਖੀਰ ਦੇ ਸਮੇਂ ਜਦੋਂ ਉਹਨੂੰ ਜੰਮ ਲੈਣ ਆਉਂਦੇ ਸੀ, ਲੱਖ ਤਿੰਨ ਕੋ ਸਭ ਘਾਤ ਚਲਾਵੈ, ਉਹਨਾਂ ਵੱਲ ਦੇਖ ਕੇ ਉਹ ਕੀ ਕਰਦਾ ਸੀ ਕਿ ਨਵੇਂ ਤਰ੍ਹਾਂ ਦੇ ਵਾਰ ਕਰਦਾ ਸੀ ਅਤੇ ਮੌਤ ਨੂੰ ਵੀ ਤੀਰ ਮਾਰਦਾ ਸੀ। ਕਾਲ ਨੂੰ ਵੀ ਜਿੱਤਣ ਵਾਲਾ ਸੀ ਪਰ ਕਾਲ ਨੇ ਉਹਨੂੰ ਵੀ ਜਿੱਤਿਆ। ਜਿਨ ਸਿਓ ਜੰਮ ਹਾਰੇ, ਜਿਨ੍ਹਾਂ ਤੋਂ ਜੰਮ ਵੀ ਹਾਰਦਾ ਸੀ। ਕੁੰਭ ਆਇਆ ਕੁੰਭ ਸੇ ਜੀਤ ਸਭ ਹੈ ਜਗ, ਸਾਤ ਹੂੰ ਸਿੰਧ ਹਥਿਆਰ ਪਖਾਰੇ। ਕੁੰਭ ਵਰਗੇ ਅਨਕੁੰਭ ਵਰਗਿਆਂ ਨੂੰ, ਕੁੰਭ ਅਤੇ ਅਨਕੁੰਭ ਇਹ ਵੀ ਰਾਕਸ਼ਸ, ਇਹ ਰਾਵਣ ਦੇ ਸਮੇਂ ਹੋਏ ਨੇ, ਉਹਨਾਂ ਨੂੰ ਸਾਰਿਆਂ ਨੂੰ ਜਿੱਤ ਕੇ ਸੱਤ ਹੂੰ ਸਿੰਧ ਹਥਿਆਰ ਪਖਾਰੇ। ਸੱਤ ਸਮੁੰਦਰਾਂ ਦੇ ਜਲ ਵਿੱਚ ਜਿਨ੍ਹਾਂ ਨੇ ਆਪਣੇ ਸ਼ਸਤਰ ਧੋਏ। ਹੁਣ ਸ਼ਸਤਰ ਕਿੱਥੇ ਧੋਏ ਜਾਂਦੇ ਨੇ? ਖੂਨ ਦੇ ਵਿੱਚ। ਇੰਨਾ ਖੂਨ ਜਿਨ੍ਹਾਂ ਨੇ ਦੁਨੀਆਂ 'ਤੇ ਵਹਾਇਆ ਕਿ ਉਹਨੇ ਖੂਨ ਨਾਲ ਸੱਤ ਸਮੁੰਦਰ ਭਰ ਸਕਦੇ ਸੀ। ਸਾਤ ਹੂੰ ਸਿੰਧ ਹਥਿਆਰ ਪਖਾਰੇ, ਆਪਣੇ ਸ਼ਸਤਰਾਂ ਨੂੰ ਸੱਤ ਸਮੁੰਦਰਾਂ ਜਿੰਨੇ ਖੂਨ ਵਿੱਚ ਜਿਨ੍ਹਾਂ ਨੇ ਧੋਇਆ। ਐਸੇ ਐਸੇ ਯੋਧੇ ਸੰਸਾਰ 'ਚ ਹੋਏ ਆ। ਜੇ ਜੇ ਹੁੰਦੇ ਆ ਕਟੇ ਬੇਕਟੇ, ਸੋ ਕਟੇ ਕਰ ਕਾਲ ਕਿਰਪਾਨ ਕੇ ਮਾਰੇ। ਜਿਹੜਾ ਕੰਮ ਇਸ ਸੰਸਾਰ ਵਿੱਚ ਐਸੇ ਐਸੇ ਯੋਧੇ ਹੋਏ ਅਕੱਟੇ, ਜੋ ਕਦੇ ਕਿਸੇ ਦੁਆਰਾ ਕੱਟੇ ਨਹੀਂ ਜਾਂਦੇ, ਵਿਕਟੇ ਬੜੇ ਵਿਅਕਤ ਔਖੇ ਸਨ, ਸੋ ਕੱਟੇ ਉਹ ਵੀ ਪਰਮਾਤਮਾ ਨੇ ਕੱਟ ਦਿੱਤੇ, ਮਾਰ ਦਿੱਤੇ, ਕਾਲ ਕਿਰਪਾਨ ਕੇ ਮਾਰੇ। ਕਾਲ ਰੂਪੀ ਕਿਰਪਾਨ ਦੇ ਨਾਲ ਜਿੰਨਾ ਚਿਰ ਸ੍ਰਿਸ਼ਟੀ ਚੱਲਦੀ ਹੈ, ਕਾਲ ਨੇ ਆਪਣੀ ਕਿਰਪਾਨ ਨਾਲ, ਆਪਣੀ ਮੌਤ ਦੀ ਤਲਵਾਰ ਨਾਲ ਸਾਰੇ ਮਾਰ ਦਿੱਤੇ। ਜੇ ਜੇ ਉੱਤੇ ਅਕਟੇ, ਜਿਹੜੇ ਨਹੀਂ ਸੀ ਕੱਟੇ ਜਾ ਸਕਦੇ, ਵਿਕਟ ਸਨ, ਬੜੇ ਔਖੇ ਸੀ, ਇਹੋ ਜਿਹੇ ਯੋਧੇ ਸੂਰਮੇ ਵੀ ਕਾਲ ਨੇ ਸਾਰੇ ਹੀ ਮਾਰੇ। ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ, ਤੋ ਗਏ ਕੁੰਟ ਵਿਹੋ ਭੱਜ ਜਾਈਏ। ਜੇ ਆਪਾਂ ਆਖੀਏ ਕਾਲ ਤੋਂ ਇਸ ਤਰ੍ਹਾਂ ਬਚ ਜਾਈਏ ਤਾਂ ਸ਼ਾਇਦ ਕੋਈ ਉਪਾਅ ਹੋਵੇ। ਮਹਾਰਾਜ ਕਹਿੰਦੇ ਕੋਈ ਹੈ ਐਸਾ ਉਪਾਅ? ਕਹੋ ਭੱਜ ਜਾਈਏ, ਦੱਸੋ ਕਿਹੜੇ ਕੁੰਡ ਵਿੱਚ ਜਾ ਕੇ ਭੱਜਾਂਗੇ ਬਚਾਂਗੇ। ਬੰਦਾ ਬਚਦਾ ਤਾਂ ਹੈ ਜਿੱਥੇ ਕਾਲ ਦੀ ਖੇਡ ਨਾ ਹੋਵੇ। ਆ ਗਏ ਹੂੰ ਕਾਲ ਧਰੇ ਅਸ ਗਾਜਤ, ਛਾਜਤ ਹੈ ਜੇ ਤੇ ਨਸ ਆਈਏ। ਅੱਗੇ ਪਰਮੇਸ਼ੁਰ ਵਾਹਿਗੁਰੂ ਜੀ ਕਾਲ ਦੇ ਰੂਪ ਨਾਲ ਆਪਣੇ ਹੱਥ ਵਿੱਚ ਸ਼ਸਤਰ ਪਕੜ ਕੇ ਗੱਜ ਰਿਹਾ ਹੈ। ਕਾਲ ਰੂਪ ਪਰਮੇਸ਼ੁਰ ਉਹਦੇ ਹੱਥ ਵਿੱਚ ਸ਼ਸਤਰ ਅੱਗੇ ਵੀ ਸ਼ੋਭਦਾ ਹੈ, ਛਾਜਤ ਹੈ, ਐਸੀ ਸ਼ੋਭਾ ਵਾਲਾ ਹੈ, ਉਹਦੇ ਤੋਂ ਨਸ ਕੇ ਕਿੱਥੇ ਜਾਓਗੇ? ਕਿਸੇ 'ਤੇ ਨਸ ਆਈ ਹੈ, ਨਸ ਕੇ ਭੱਜ ਕੇ ਜਾਣਾ ਕਿੱਥੇ ਹੈ? ਐਸੋ ਨਾ ਕਹਿ ਗਇਓ ਕੋਈ ਸੋ ਦਾਵਰੇ, ਜਾਹੇ ਉਹ ਭਾਵ ਸੋ ਕਾਵ ਚਈਏ।
ऐसा कोई भी नहीं है, ऐसो ना कह गयो, कोई ऐसा नहीं गया। सदाव रे जाए उपाव सो, जिदे उपाव करन दे नाल बंदा जख्मी बच जाए, किसे नू जख्म ना होवे, घाव तो बचे, ऐसा कोई भी नहीं है जिहड़ा काल दे घाव तो बच गया। जाते ना छूटी है मूड़ कहूँ हस ता की ना, क्यों शरणागत जइए। महाराज कलगीधर पातशाह कहिंदे आ, मूर्ख अग्ञानी जीव जिस तों कदे भी तू छुट नहीं सकदा, वह काल पुरख है, क्यों ना हस के उहदी शरण पै जा। हस तां की ना, क्यों शरणागत जाइए, जिहदे तों बचण दा कोई उपाव नहीं, क्यों ना हस के उहदी शरण पईए। सतगुरु महाराज सच्चे पातशाह काल स्वरूप की महिमा कर रहे। गुरदेव पातशाह जी इन्हां जीवां दे प्रथाए वक्रे वक्रे, जो गुरदेव महाराज जी ने काल दे स्वरूप की महिमा कीती है, कोई सवैये रहिंदे हन, अगले समय सरवण करांगे। इन्हीं बेनतियां प्रवान करनियां जी, भुल चुक दी क्षमा करो। जाते ना छूटी है मूड़ कहूँ हस ता की ना, क्यों शरणागत जइए। वाहिगुरु जी का खालसा, वाहिगुरु जी की फतेह। राम करी महला तीजा, आनंद को ओंकार। सतगुर प्रसाद आनंद पाया मेरी माए, सतगुरु मैं पाया, सतगुर तम पाया सह छेती। मन वरिया वधाइया, राग तुम परिवार परियां, शब्द का बनियाइया, शब्दोता का वरी खेरा, मन वसाया कहे नाम के आनंद हुआ। सतगुरु मैं पाया ए मन मेरे, आ तू सदा रूप हर नाले, हर नाल मन मेरे, दुख सब सारा गीता करो, कर तेरा कार सब सवार ना सब नागला।